पर इत्थे सरकारां लुट्टन ते आ गईआं। देखो डीजल दे जिहड़ा 72 रुपए 72 रुपए वाला तेल अज 93 रुपए 11 रुपए हो गया, ते जिहड़ा 62 रुपए वाला डीजल सीगा ओह अज 84 रुपए हो गया। ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਆਟਾ ਵੀ ਦਵਾਂਗੇ ਨਾਲ ਨਾਲ, ਜਿਹੜੇ ਆਟੋ ਵਾਲੇ 5-5 ਹਜ਼ਾਰ ਦਵਾਂਗੇ। ਅਕਾਲੀ ਸਰਕਾਰ ਸੀ ਉਹ ਜਿੰਦਾਬਾਦ ਸੀਗੀ ਤੇ ਜਿੰਦਾਬਾਦ ਰਹਿਣੀ ਆ ਉਹ, ਬਾਕੀ ਤਾਂ ਸਭ ਐਵੇਂ ਆ ਲੁੱਟੂ ਖਾਏ ਨੇ। ਕੀ ਕਹਿੰਦੇ ਜੇ ਤਾਂ ਅੱਛੇ ਦਿਨ ਆਏ ਨੇ, ਹਲੇ ਨਿਕਲ ਗਏ ਅੱਛੇ ਦਿਨ ਉਹਦੇ ਇਕੱਲੇ ਵਾਸਤੇ ਅੱਛੇ ਦਿਨ ਆ, ਬਾਕੀਆਂ ਦੇ ਮਾੜੇ ਆ ਜੀ। ਸਾਰੇ ਦੇ ਮੂੰਹ ਤੇ ਮਾਸਕ ਕਿਉਂ ਨਹੀਂ ਲਾਉਂਦੇ? ਫਾਰਮੈਲਿਟੀਆਂ ਕਿਉਂ ਕਰਦੇ ਆ? ਚਲਾਨ ਕੱਟਣ ਵੇਲੇ ਤੁਸੀਂ ਠੀਕ ਹੋ ਜਾਂਦੇ ਹੋ, ਫਿਰ ਕਹਿੰਦੇ ਫਿਰ ਕਰੋਨਾ। ਅੱਛਾ ਜਦੋਂ ਉਹਨੂੰ ਕਾਗਜ਼ 'ਚ ਹੱਥ ਫੜਾਉਂਦੇ ਹੋ, ਚਲਾਨ ਹੱਥ ਫੜਾਉਂਦੇ ਹੋ, ਉਹਦੀ ਆਰਸੀ ਲੈਂਦੇ ਹੋ, ਉਦੋਂ ਕਰੋਨਾ ਇੱਧਰ ਉੱਧਰ ਨਹੀਂ ਜਾਂਦਾ? ਵਧਣਾ ਠੀਕ ਆ, ਲਾਜ਼ਮੀ ਆ, ਚਲੋ ਕੋਈ ਗੱਲ ਨਹੀਂ, ਆਪਣਾ ਦੇਸ਼ ਅੱਗੇ ਵਧਾਉਣਾ ਆਪਾਂ ਨਾ। ਸਰ ਸਾਰਾ ਘਾਟਾ ਕਿਉਂ ਨਾ, ਨੇ ਤੋਂ ਹੀ ਪੂਰਾ ਕਰਨਾ ਸਰਕਾਰ ਨੇ। ਇਹ ਹਰ ਲੋਕ ਪਰੇਸ਼ਾਨ ਹੈ, ਇੱਕ ਆਹ ਟ੍ਰੋਲ ਮੈਂ ਦੇਖ ਲਓ, ਆਹ ਨਿਚੋੜ ਦਿਓ ਲੋਕਾਂ ਨੂੰ। ਇਹ ਕੀ ਕਰ ਰਿਹਾ ਵੀ ਨਿਚੋੜਿਆ ਜਾ ਰਿਹਾ, ਜਿਹਦੇ ਵਿੱਚ ਵੀ ਜਿੰਨੇ ਕੁ ਪੈਸੇ ਲੋਕਾਂ ਦੇ ਜੇਬਾਂ 'ਚ ਹੈਗੇ ਨਾ, ਕੱਢ ਦਿਓ। ਕੁਛ ਨਹੀਂ ਕਰਦੇ, ਸਾਡਾ ਤਾਂ ਉਲਟਾ ਚਲਾਨ ਕੱਟ ਕੇ ਪਰੇ ਮਾਰਦੇ, ਲਿਓ 1500 ਤਾਂ ਭੁਗਤਣਾਂਗੇ। 70 ਸਾਲ ਤੋਂ ਸਾਡਾ ਦੇਸ਼ ਬਰਬਾਦੀ ਦੇ ਕਗਾਰ 'ਤੇ ਸੀ, ਸਾਨੂੰ ਲੱਗਿਆ ਵੀ ਸ਼ਾਇਦ ਮੋਦੀ ਸਾਹਿਬ ਆਉਣਗੇ, ਕੋਈ ਇਹੋ ਜਿਹਾ ਕੰਮ ਕਰਨਗੇ ਜਿਹ 'ਚ ਅਸੀਂ ਵੀ ਕਹਾਂਗੇ, ਲੋਕਾਂ ਨੂੰ ਜਾ ਕੇ ਕਹਿ ਸਕਾਂਗੇ, ਦੇਖਿਆ ਠੋਕ ਜਾ ਕੇ ਕਹਾਂਗੇ ਛਾਤੀ। ਹੁਣ ਅਸੀਂ ਕਿਹੜੀ ਚੀਜ਼ ਨਾਲ ਛਾਤੀ ਠੋਕੀਏ? 3 ਸਵਾਰੀਆਂ ਨਾਲ ਕੀ ਖਰਚਾ ਝੱਲਾਂਗੇ? ਜੇ ਉਹਨਾਂ ਗੈਸ ਦਾ ਖਰਚਾ ਵੀ ਨਿਕਲਦਾ, ਕੀ ਘਰ ਚਲਾਵਾਂਗੇ? ਜਦ ਉੱਦਾਂ ਹੀ ਗੋਲੀ ਮਾਰ ਦੇਵੇ ਸਰਕਾਰ ਸਾਨੂੰ। ਇਹਦੇ ਵਿੱਚ ਸਾਨੂੰ ਇੱਕ ਤਾਂ ਕਰੋਨਾ ਬਿਮਾਰੀ ਕਰਕੇ ਸਵਾਰੀਆਂ ਨੇ ਸੀਮਿਤ ਕਰਤੀਆਂ 3 ਰੁਪਈਏ, ਉਹ ਗੈਸ ਮਹਿੰਗੀ ਆ, ਤੇਲ ਮਹਿੰਗੇ ਆ, ਅਤੇ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਜੀ। ਜੇ ਸਵਾਰੀ ਵੱਧ ਵਟਾਉਂਦੇ ਤਾਂ ਸਾਨੂੰ ਪੁਲਿਸ ਵਾਲੇ ਪਰੇਸ਼ਾਨ ਕਰਦੇ ਆ, ਕੱਢਦੇ ਜੀ। ਹੁਣ ਕਿਸ਼ਤਾਂ ਤਾਂ ਉਹਨਾਂ ਨੇ, ਜੇ ਕਿਸ਼ਤ ਨਹੀਂ ਪਾਉਣਾ ਉਹਨਾਂ ਨੇ ਤਾਂ ਲੈਣੀਆਂ ਨਹੀਂ ਕਿਸ਼ਤਾਂ ਦਾ। ਸਰੋਂ ਦਾ ਤੇਲ 80 ਰੁਪਈਏ, ਅੱਜ 180 ਰੁਪਏ ਦਾ ਵਿਕ ਰਿਹਾ। ਜਿਹੜੀ ਦਾਲ 60-70 ਰੁਪਏ ਸੀ, ਅੱਜ 135-40 ਰੁਪਏ ਵਿਕ ਰਹੀ ਹੈ। ਇਹ ਕੀ ਹੈ? ਜਿਹੜੀ 35 ਰੁਪਏ ਦੀ ਸ਼ੂਗਰ ਸੀ, ਅੱਜ 42-43 ਰੁਪਏ ਵਿਕ ਰਹੀ ਹੈ। ਇੱਕ ਚੱਕਰ ਕੀ ਹੈ? ਇਹ ਕਰੋਨਾ ਕਾਲ ਦੇ ਵਿੱਚ ਮਤਲਬ ਸਰਕਾਰਾਂ ਨੂੰ ਕਮਾਈਆਂ ਚਾਹੀਦੀਆਂ, ਆਮ ਲੋਕਾਂ ਦੇ ਤੁਸੀਂ ਗਲਾ ਘੁੱਟਤਾ। ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਸੀ 20 ਲੱਖ ਕਰੋੜ ਰੁਪਈਆ ਮੈਂ ਆਪਣੇ ਦੇਸ਼ ਨੂੰ ਖੜਾ ਕਰਨ ਵਾਸਤੇ ਲਾ ਦੂੰਗਾ, ਕਰੋਨਾ ਕਾਲ 'ਚ ਕਿਹਾ ਸੀ। ਲੱਭਿਆ ਫਿਰ 20 ਲੱਖ? ਮੈਨੂੰ ਤਾਂ ਤੁਹਾਨੂੰ ਸ਼ਾਇਦ ਆਇਆ ਹੋਊਗਾ, ਮੈਨੂੰ ਤਾਂ ਆਇਆ ਕੋਈ ਨਹੀਂ ਗਾ, ਆ ਵਿਚਾਰੇ ਗਰੀਬ ਮਰਦੇ ਪਏ ਆ। ਸਾਰਾ ਘੱਟ ਸਰਕਾਰ ਇੱਧਰ ਦੀ ਪੂਰਾ ਕਰ ਰਹੀ ਹੈ, ਜਿੱਧਰ ਜ਼ਰੂਰਤ ਹੈ ਕਿ ਉਸ ਜਗ੍ਹਾ 'ਤੇ ਪੂਰਾ ਨਹੀਂ ਕਰਕੇ ਦਿੰਦੀ ਲੋਕਾਂ ਨੂੰ, ਅਤੇ ਰਾਸ਼ਨ ਕਾਰਡ ਤਾਂ ਕਿਉਂ ਬਣਾ ਕੇ ਦਿੱਤੇ ਹੋ ਜਦੋਂ ਉਹਨਾਂ ਨੂੰ ਰਾਸ਼ਨ ਹੀ ਨਹੀਂ ਮਿਲਦਾ? ਬੜੀ ਟ੍ਰੋਲ ਚੱਲ ਰਿਹਾ, ਉਹ ਕਹਿ ਰਹੇ ਆ, ਬਾਹਰੋਂ ਸਪੀਚ ਹੋ ਰਹੀ ਹੈ, ਸਪੀਕ ਕਰ ਰਹੇ ਆ ਕਿ ਅੰਦਰ ਰੋਸਟੇ ਹੋਮ, ਅਤੇ ਉਹ ਆਪਣੀ ਮਦਰ ਨੂੰ ਕਹਿ ਰਿਹਾ ਕਿ ਭੁੱਖੇ ਆ ਵੀ ਕੁਛ ਦਿਓ। ਇੱਦਾਂ ਦੇ ਟ੍ਰੋਲ ਕਿਉਂ ਹੋ ਰਿਹਾ? ਕਿਉਂਕਿ ਇਹ ਸੱਚਾਈਆਂ ਹੈ, ਇਹ ਕੋਈ ਇਹ ਨਹੀਂ ਹੈ ਕਿ ਵੀ ਆਪਣੇ ਕੋਲੋਂ ਗੱਲ ਬਣ ਜਾਂਦੀ ਹੈ, ਇਹ ਲੋਕਾਂ ਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਲਗਾਤਾਰ ਤੇਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ, ਵੋਟਾਂ ਆਈਆਂ, ਇਲੈਕਸ਼ਨਸ ਦੇ ਵੇਲੇ ਪੈਟਰੋਲ ਦੇ ਪ੍ਰਾਈਸਿਸ ਸਮਝੇ, ਲੇਕਿਨ ਜਦੋਂ ਇਲੈਕਸ਼ਨਸ ਹੋ ਗਈਆਂ, ਇਲੈਕਸ਼ਨਸ ਹੋਣ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਬੰਗਾਲ ਦੇ ਇਲੈਕਸ਼ਨਸ, ਉਸ ਤੋਂ ਬਾਅਦ ਇੱਕਦਮ ਹੀ ਰੇਟ ਵਧਣੇ ਫਿਰ ਤੋਂ ਸ਼ੁਰੂ ਹੋ ਗਏ ਨੇ, ਅਤੇ ਅੱਜ 93 ਰੁਪਏ 11 ਪੈਸੇ ਜਿਹੜੇ ਆ ਪੈਟਰੋਲ ਦੀ ਪ੍ਰਾਈਸ ਹੋ ਚੁੱਕੀ ਹੈ, ਔਰ 84 ਰੁਪਏ 'ਤੇ ਪਹੁੰਚ ਚੁੱਕਿਆ ਡੀਜ਼ਲ। ਆਮ ਲੋਕ ਕੀ ਕਹਿੰਦੇ ਨੇ ਇਸ ਦੇ ਬਾਰੇ? ਭਾਅ ਜੀ, ਜਿਵੇਂ ਹੁਣ ਤੁਹਾਨੂੰ ਪਤਾ ਪੈਟਰੋਲ ਦੇ ਪ੍ਰਾਈਸ ਵੀ ਵੱਧ ਗਏ, ਡੀਜ਼ਲ ਦੇ ਵੱਧ ਗਏ, ਗੈਸ ਵੀ ਵੱਧ ਨੇ ਲਗਾਤਾਰ, ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਲੈ ਕੇ, ਜਿਹੜੇ ਸਰਕਾਰਾਂ ਦੇ ਵੱਲੋਂ ਵਾਰ ਵਾਰ ਰੇਟ ਵਧਾਏ ਜਾ ਰਹੇ ਨੇ? ਇਹਦੇ ਨਾਲ ਜੀ ਮਹਿੰਗਾਈ ਤਾਂ ਦਿਨੋਂ ਹੁਣ ਆਹ 5-6 ਮਹੀਨਿਆਂ 'ਚ ਤਾਂ ਲਗਾਤਾਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਹਦੇ ਵਿੱਚ ਸਾਨੂੰ ਇੱਕ ਤਾਂ ਕਰੋਨਾ ਬਿਮਾਰੀ ਕਰਕੇ ਸਵਾਰੀਆਂ ਨੇ ਸੀਮਿਤ ਕਰਤੀਆਂ 3 ਰੁਪਈਏ, ਕੋਈ ਗੈਸ ਮਹਿੰਗੀ ਆ, ਤੇਲ ਮਹਿੰਗੇ ਆ, ਅਤੇ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਜੀ। ਜੇ ਸਵਾਰੀ ਵੱਧ ਵਟਾਉਂਦੇ ਆ ਤਾਂ ਸਾਨੂੰ ਪੁਲਿਸ ਵਾਲੇ ਪਰੇਸ਼ਾਨ ਕਰਦੇ ਆ, ਅਤੇ ਕੱਢਦੇ ਜੀ। ਹੁਣ ਕਿਸ਼ਤਾਂ ਤਾਂ ਉਹਨਾਂ ਨੇ, ਜੇ ਕਿਸ਼ਤ ਨਹੀਂ ਪਾਉਣਾ ਉਹਨਾਂ ਨੇ ਤਾਂ ਲੈਣੀਆਂ ਨਹੀਂ ਕਿਸ਼ਤਾਂ ਦਾ, ਉੱਧਰੋਂ ਪਰੇਸ਼ਾਨ ਆ ਜੀ, ਕਿਸ਼ਤ ਸਾਡੀ ਪੂਰੀ ਨਹੀਂ ਹੋ ਰਹੀ। ਜੇ ਲਾਉਂਦੇ ਆ ਤਾਂ ਗੈਸ ਜਾਂ ਤੇਲ ਹੀ ਪੂਰਾ ਹੁੰਦਾ ਜੀ ਸਾਡਾ, ਫਿਰ ਉਹਦੇ 'ਚ ਸਾਨੂੰ ਕੋਈ ਘਾਟਾ ਹੀ ਆ ਜੀ, ਸਾਨੂੰ ਘਾਟਾ ਹੀ ਆ ਰਿਹਾ ਜੀ, ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ। 3 ਸਵਾਰੀਆਂ ਨਾਲ 50-60 ਰੁਪਏ ਨਾਲ ਸਾਡਾ ਗੈਸ ਜਾਂ ਤੇਲ ਹੀ ਪੂਰਾ ਹੋ ਰਿਹਾ ਜੀ। ਬਾਈ ਜੀ ਹੋਰ ਵੀ ਇੱਕ ਮੌਜੂਦ ਨੇ, ਪੈਟਰੋਲ ਪੰਪ 'ਤੇ ਪਾਉਣ ਆਏ ਨੇ ਤੇਲ। ਅੱਛਾ ਭਾਅ ਜੀ, ਹੁਣ ਤੁਸੀਂ ਗੈਸ ਪਾਉਣੇ ਕਿ ਪੈਟਰੋਲ ਪਾਉਣੇ 'ਚ? ਗੈਸ ਪੈਂਦੇ ਭਾਅ ਜੀ। ਅੱਛਾ, ਗੈਸ ਦੇ ਵੀ ਰੇਟ ਵੱਧ ਰਹੇ ਨੇ, ਪੈਟਰੋਲ ਦੇ ਰੇਟ ਵੀ ਵੱਧਦੇ ਪਏ ਨੇ, ਲਗਾਤਾਰ ਵਧੀ ਵੀ ਜਾਂਦੇ ਪਏ ਨੇ ਇਲੈਕਸ਼ਨ ਜਦੋਂ ਮਾੜੇ ਆ ਜੀ, ਬਹੁਤ ਹਾਲਾਤ ਮਾੜੇ, ਮੋਦੀ ਸਰਕਾਰ ਤਾਂ ਕਿਸੇ ਦੀ ਸੁਣਦੀ ਨਹੀਂ ਨਾ। ਦਿੱਲੀ ਦੇ ਆਟੋ ਵਾਲਿਆਂ ਨੂੰ 5-5 ਹਜ਼ਾਰ ਕੇਜਰੀਵਾਲ ਨੇ ਪਾ ਦਿੱਤਾ, ਅਤੇ ਸਾਡੀ ਕੋਈ ਸੁਣਵਾਈ ਨਹੀਂ ਆਈ, ਇਹਦੇ ਉਲਟਾ ਸਾਡੇ ਉਹ ਖੁੰਦੇ ਆ ਵੀ ਤੁਸੀਂ ਕੀ ਕਮਾਇਆ ਸਾਨੂੰ ਉਹ ਦੇ ਕੇ ਜਾਓ। ਕੁਛ ਨਹੀਂ ਕਰਦੇ, ਸਾਡਾ ਤਾਂ ਉਲਟਾ ਚਲਾਨ ਕੱਟ ਕੇ ਪਰੇ ਮਾਰਦੇ, ਲਿਓ 1500 ਤਾਂ ਭੁਗਤਣਾਂਗੇ, ਇਹਦੇ ਬਹੁਤ ਦੁਖੀ ਇਹਨਾਂ ਕੋਲੋਂ। ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਆਟਾ ਵੀ ਦੇਵਾਂਗੇ ਨਾਲ ਨਾਲ, ਜਿਹੜੇ ਆਟੋ ਵਾਲੇ 5-5 ਹਜ਼ਾਰ ਦਵਾਂਗੇ। ਅਕਾਲੀ ਸਰਕਾਰ ਸੀ ਉਹ ਜਿੰਦਾਬਾਦ ਸੀਗੀ, ਅਤੇ ਜਿੰਦਾਬਾਦ ਰਹਿਣੀ ਆ ਉਹ, ਬਾਕੀ ਤਾਂ ਸਭ ਐਵੇਂ ਆ ਲੁੱਟੂ ਖਾਏ ਨੇ। ਅਕਾਲੀ ਸਰਕਾਰ ਹੀ ਕਰ ਸਕਦੀ ਜੋ ਕੁਛ ਕਰ ਸਕਦੀ, ਉਹੀ ਆਉਣ ਵਾਲਾ ਹੱਲ ਉਹੀ ਹੈ ਬਸ। ਅੱਛਾ,
ਹੁਣ ਜਿਹੜਾ ਗੱਲ ਕਰਦੇ ਆ ਆਪਾਂ ਜਿਵੇਂ ਗੁਜ਼ਾਰਾ ਕਰਨਾ ਹੁੰਦਾ ਲੋਕਾਂ ਨੇ ਫੀਸਾਂ ਵੀ ਭਰਨੀਆਂ ਜਵਾਕਾਂ ਦੀਆਂ ਨਾ ਤਾਂ ਕਿਵੇਂ ਕੀਤਾ ਜਾਊਗਾ ਹੁਣ ਤੁਸੀਂ ਸਵਾਰੀਆਂ ਵੀ ਬਿਠਾਉਣੀਆਂ ਜਿਹੜੀਆਂ ਤੁਸੀਂ ਘੱਟ ਕਰ ਦਿੱਤੀਆਂ ਗਏ ਨੇ ਆਟੋ ਦੇ ਵਿੱਚ ਸਵਾਰੀਆਂ ਘੱਟ ਸਵਾਰੀਆਂ ਤਿੰਨ ਸਵਾਰੀਆਂ ਅਲਾਊਡ ਕਰਤੀਆਂ ਤਿੰਨ ਸਵਾਰੀਆਂ ਨਾਲ ਕੀ ਖਰਚਾ ਚੱਲਾਂਗੇ ਉਹ ਗੈਸ ਦਾ ਖਰਚਾ ਵੀ ਨਿਕਲਦਾ ਕੀ ਘਰ ਚਲਾਵਾਂਗੇ ਜਦ ਉੱਦਾਂ ਹੀ ਗੋਲੀ ਮਾਰ ਦੇਵੇ ਸਰਕਾਰ ਸਾਨੂੰ ਇਹ ਤਾਂ ਦੁਖੀ ਹਾਂ ਮੋਦੀ ਕਹਿੰਦੇ ਇਹ ਤਾਂ ਅੱਛੇ ਦਿਨ ਆਏ ਨੇ ਹਲੇ ਨਿਕਲ ਗਏ ਅੱਛੇ ਦਿਨ ਉਹਦੇ ਇਕੱਲੇ ਵਾਸਤੇ ਅੱਛੇ ਦਿਨ ਆ ਬਾਕੀਆਂ ਦੇ ਮਾੜੇ ਆ ਜੀ ਠੀਕ ਹੈ ਜੀ ਗੱਲਬਾਤ ਕੀਤੀ ਆ ਗੁਰਦੀਪ ਸਿੰਘ ਗੋਸ਼ਾ ਵੀ ਸਾਡੇ ਨਾਲ ਮੌਜੂਦ ਨੇ ਗੋਸ਼ਾ ਜੀ ਹੁਣ ਤੁਸੀਂ ਪਿਛਲੀ ਵਾਰ ਵੀ ਅਸੀਂ ਤੁਹਾਡੇ ਨਾਲ ਇੱਥੇ ਖੜੇ ਸੀ ਪੈਟਰੋਲ ਪੰਪ ਦੇ ਉੱਤੇ ਕਿਹਾ ਸੀਗਾ ਵੀ ਹਾਂਜੀ ਪੈਟਰੋਲ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹੁਣ ਦੁਬਾਰਾ ਫੇਰ ਪੁੱਛਦੇ ਕੀ ਵਿਚਾਰ ਨੇ ਜਿਹੜੇ ਰੇਟ ਲਗਾਤਾਰ ਵੱਧ ਰਹੇ ਨੇ ਬਹੁਤ ਬੁਰਾ ਹਾਲ ਆ ਤੁਸੀਂ ਇਹ ਦੇਖਿਆ ਨਾ ਇੱਕ ਆਮ ਪਰਸਨ ਕੀ ਕਹਿ ਰਿਹਾ ਕਿ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਿੱਦਾਂ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਕਿੱਦਾਂ ਦੇਖੋ ਕਰੋਨਾ ਕਾਲ ਤੋਂ ਪਹਿਲਾਂ ਜਿਹੜਾ ਡੀਜ਼ਲ ਦਾ ਰੇਟ ਸੀਗਾ ਉਹ 62 ਰੁਪਏ 63 ਰੁਪਏ ਸੀਗਾ ਜਿਹੜਾ ਪੈਟਰੋਲ ਦਾ ਰੇਟ ਸੀਗਾ ਉਹ 72 ਰੁਪਏ ਸੀ ਕਰੋਨਾ ਕਾਲ ਆਇਆ ਲੋਕਾਂ ਦਾ ਚੱਕਾ ਰੁਕ ਗਿਆ ਕੰਮ ਕਾਰ ਰੁਕ ਗਏ ਲੋਕਾਂ ਨੇ ਸਾਥ ਦਿੱਤਾ ਲੋਕਾਂ ਨੇ ਕਿਹਾ ਵੀ ਅਸੀਂ ਅੰਦਰ ਰਹਾਂਗੇ ਅਤੇ ਸਰਕਾਰਾਂ ਭੱਜ ਪਈਆਂ ਸਰਕਾਰਾਂ ਨੂੰ ਮਹਿੰਗਾਈ ਕਰਨ ਦਾ ਕੀ ਲੌਜਿਕ ਸੀਗਾ ਵੀ ਮਹਿੰਗਾਈ ਕਿਉਂ ਕੀਤੀ ਗਈ ਇਸ ਕਰਕੇ ਮਹਿੰਗਾਈ ਕੀਤੀ ਕਿ ਲੋਕ ਮਰਦੇ ਪਏ ਸੀਗੇ ਸਰਕਾਰਾਂ ਉਹ ਹੁੰਦੀਆਂ ਸਰਕਾਰਾਂ ਦਾ ਮਤਲਬ ਕੀ ਹੁੰਦਾ ਸਰਕਾਰਾਂ ਦਾ ਮਤਲਬ ਹੁੰਦਾ ਜੇ ਲੋਕ ਮੇਰੇ ਪਰੇਸ਼ਾਨ ਆ ਮਹਾਂਮਾਰੀ ਆ ਗਈ ਅਤੇ ਆਪਾਂ ਮਹਾਂਮਾਰੀ ਤੋਂ ਬਚਾਉਣਾ ਅਤੇ ਨਾਲ ਆਪਾਂ ਲੋਕਾਂ ਨੂੰ ਸਸਤੀਆਂ ਚੀਜ਼ਾਂ ਦੇਣੀਆਂ ਤਾਂ ਕਿਉਂਕਿ ਲੋਕਾਂ ਦੀ ਇਨਕਮ ਖਤਮ ਹੋ ਗਈ ਹੈ ਪਰ ਇੱਥੇ ਸਰਕਾਰਾਂ ਲੁੱਟਣ 'ਤੇ ਆ ਗਈਆਂ ਦੇਖੋ ਡੀਜ਼ਲ ਦਾ ਜਿਹੜਾ 72 ਰੁਪਏ 72 ਰੁਪਏ ਵਾਲਾ ਤੇਲ ਅੱਜ 93 ਰੁਪਏ 11 ਰੁਪਏ ਹੋ ਗਿਆ ਅਤੇ ਜਿਹੜਾ 62 ਰੁਪਏ ਵਾਲਾ ਡੀਜ਼ਲ ਸੀਗਾ ਉਹ ਅੱਜ 84 ਰੁਪਏ ਹੋ ਗਿਆ ਆ ਬੰਗਾਲ ਦੀਆਂ ਇਲੈਕਸ਼ਨਾਂ ਤੁਸੀਂ ਦੱਸ ਰਹੇ ਸੀ ਬੰਗਾਲ ਦੀਆਂ ਇਲੈਕਸ਼ਨਾਂ ਖਤਮ ਹੋਈਆਂ ਨਾਲੇ ਤੇਲੀ ਚੁਆਨੀ ਫਿਰ ਵਧਣੀ ਸ਼ੁਰੂ ਹੋ ਗਈ ਇਹ ਕੀ ਜਾਈ ਚੱਲ ਰਹੀ ਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿੰਦਾ ਗੁਰਦੀਪ ਜੀ ਬੜੀ ਜਿਹੜੀ ਇੰਪੋਰਟੈਂਟ ਗੱਲ ਹੋਰ ਨਾਲ ਦੱਸ ਰਿਹਾ ਇਹ ਕਰੋਨਾ ਕਾਲ ਦੀਆਂ ਗੱਲਾਂ ਦੱਸ ਰਿਹਾ ਕਰੋਨਾ ਕਾਲ ਦੇ ਇੱਕ ਦਿਨ ਪਹਿਲਾਂ ਜਦੋਂ ਕਰੋਨਾ ਕਾਲ 2019 ਦੇ ਵਿੱਚ ਆਇਆ ਉਸ ਤੋਂ ਇੱਕ ਦਿਨ ਪਹਿਲਾਂ ਦੀ ਮੈਂ ਗੱਲ ਦੱਸ ਦਿੰਦਾ ਤੁਹਾਨੂੰ ਜਿਹੜਾ ਘਿਓ ਸੀਗਾ ਡਾਲਡਾ ਘਿਓ ਉਹ ਸੀਗਾ 80 ਰੁਪਏ 75 ਰੁਪਏ 80 ਰੁਪਏ ਅੱਜ ਹੋ ਗਿਆ 135 ਰੁਪਏ 40 ਰੁਪਏ ਦੇ ਲੋਕਡਾਊਨ ਜੀ ਹੋਇਆ ਇਹ ਲੋਕਡਾਊਨ ਦੇ ਵਿੱਚ ਹੀ ਹੋਇਆ ਜਿਹੜਾ ਸਰੋਂ ਦਾ ਤੇਲ ਸੀ ਤੁਸੀਂ ਆਪ ਚੀਜ਼ਾਂ ਲੈ ਕੇ ਦੇਖੋ ਨਾ ਤੁਹਾਨੂੰ ਪਤਾ ਲੈਂਦੇ ਤਾਂ ਹੋਵੋਗੇ ਘਰ ਦੇ ਲੈਂਦੇ ਹੁਣ ਤੁਸੀਂ ਆਪ ਚੀਜ਼ਾਂ ਅੱਜ ਮੈਂ ਤੁਹਾਨੂੰ ਇਹ ਵੈਰੀਫਾਈ ਕਰਨ ਨੂੰ ਕਹੂੰਗਾ ਸਾਰੇ ਲੋਕ ਮੈਂ ਇਕੱਲਾ ਤੁਹਾਨੂੰ ਨਹੀਂ ਗੁਰਦੀਪ ਜੀ ਕਹਿੰਦਾ ਸਮੁੱਚੀ ਦੁਨੀਆ 57 ਵੀ ਖੜੇ ਸਮੁੱਚੀ ਦੁਨੀਆ ਅੱਜ ਲੈ ਕੇ ਚੈੱਕ ਕਰੇ ਪੰਜਾਬ ਦੇ ਵਿੱਚ ਜਾ ਕੇ ਚੀਜ਼ਾਂ ਰੇਟ ਚੈੱਕ ਕਰੇ ਸਰੋਂ ਦਾ ਤੇਲ 80 ਰੁਪਏ ਅੱਜ 180 ਰੁਪਏ ਦਾ ਵਿਕ ਰਿਹਾ ਜਿਹੜੀ ਦਾਲ 60-70 ਰੁਪਏ ਸੀ ਅੱਜ 135-40 ਰੁਪਏ ਵਿਕ ਰਹੀ ਹੈ ਇਹ ਕੀ ਹੈ ਜਿਹੜੀ 35 ਰੁਪਏ ਦੀ ਸ਼ੂਗਰ ਸੀ ਅੱਜ 42-43 ਰੁਪਏ ਵਿਕ ਰਹੀ ਹੈ ਇੱਕ ਚੱਕਰ ਕੀ ਹੈ ਇਹ ਕਰੋਨਾ ਕਾਲ ਦੇ ਵਿੱਚ ਮਤਲਬ ਸਰਕਾਰਾਂ ਨੂੰ ਕਮਾਈਆਂ ਚਾਹੀਦੀਆਂ ਆਮ ਲੋਕਾਂ ਦੇ ਤੁਸੀਂ ਗਲਾ ਘੁੱਟਤਾ ਦੇਖੋ ਵਿਚਾਰਾ ਆਟੋ ਚਲਾਉਣ ਵਾਲਾ ਬੰਦਾ ਹੈ ਮੈਂ ਉਹਨੂੰ ਦੱਸ ਪੁੱਛੇ ਵੀ ਆਪਣਾ ਪਰਿਵਾਰ ਕਿੱਦਾਂ ਚਲਾਊਗਾ ਇੱਕ ਛੋਟਾ ਦੁਕਾਨਦਾਰ ਹੈ ਉਹਦੀ ਦੁਕਾਨ ਕਿੱਦਾਂ ਚੱਲੂਗੀ ਉਹਦੀ ਦੁਕਾਨਾਂ ਬੰਦ ਕਰਾਤੀਆਂ ਰੇੜੀਆਂ ਬੰਦ ਕਰਾਤੀਆਂ ਕੰਮ ਕਾਰ ਬਿਲਕੁਲ ਲੋਕਾਂ ਦੇ ਖਤਮ ਹੋ ਗਿਆ ਜਿਹੜਾ ਬੰਦਾ 100 ਰੁਪਏ ਖਰਚਦਾ ਸੀ ਨਾ ਅੱਜ 10 ਰੁਪਏ 'ਚ ਵੀ ਗੁਜ਼ਾਰਾ ਕਰਨਾ ਔਖਾ ਹੋ ਗਿਆ ਵੀ 10 ਰੁਪਏ ਵੀ ਨਹੀਂ ਉਹਦੇ ਬਣ ਰਹੇ ਅਤੇ ਸਰਕਾਰਾਂ ਦੀ ਕਮਾਈਆਂ ਚੁਗਣੀਆਂ ਹੋ ਗਈਆਂ 200% ਬੀਜੇਪੀ ਨੂੰ ਲੈ ਕੇ ਤੁਸੀਂ ਬਹੁਤ ਤੰਜ ਕਸ ਦਿੰਦੇ ਹੋ ਤੁਸੀਂ ਐਵੇਂ ਬੋਲੀ ਜਾਂਦੇ ਹੋ ਪ੍ਰਧਾਨ ਮੰਤਰੀ ਜੀ ਇੰਨਾ ਕੁਛ ਤਾਂ ਕੀਤਾ ਵਾ ਇੰਨਾ ਕੁਛ ਵਧਾ ਦਿੱਤਾ ਵਾ ਡਿਵੈਲਪ ਹੋ ਰਹੇ ਹਾਂ ਨਾਲ ਦੀ ਨਾਲ ਅਸੀਂ ਸਾਰੇ ਕੰਟਰੀ ਤੋਂ ਅੱਗੇ ਜਾ ਰਹੇ ਹਾਂ ਤੁਹਾਨੂੰ ਪਤਾ ਤਾਂ ਹੈ ਸਾਰੇ ਪਾਸੇ ਸੁਣਦੇ ਨਹੀਂ ਤੁਸੀਂ ਨਿਊਜ਼ ਆਦੀ ਮੇਰੇ ਹਿਸਾਬ ਨਾਲ ਇਹ 2021 ਦਾ ਇਸ ਤੋਂ ਵੱਡਾ ਜੋਗ ਨਹੀਂ ਹੋ ਸਕਦਾ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਸੀ 20 ਲੱਖ ਕਰੋੜ ਰੁਪਈਆ ਮੈਂ ਆਪਣੇ ਦੇਸ਼ ਨੂੰ ਖੜਾ ਕਰਨ ਵਾਸਤੇ ਲਾ ਦੂੰਗਾ ਕਰੋਨਾ ਕਾਲ 'ਚ ਗਿਆ ਸੀ ਤੁਸੀਂ ਲੱਭਿਆ ਫਿਰ 20 ਲੱਖ ਮੈਨੂੰ ਤਾਂ ਤੁਹਾਨੂੰ ਸ਼ਾਇਦ ਆਇਆ ਹੋਊਗਾ ਮੈਨੂੰ ਤਾਂ ਆਇਆ ਕੋਈ ਨਹੀਂਗਾ ਆ ਵਿਚਾਰੇ ਗਰੀਬ ਮਰਦੇ ਪਏ ਆ ਇਹ 20 ਲੱਖ ਕਰੋੜ ਦੀਆਂ ਗੱਲਾਂ ਕਰਦੇ ਪਹਿਲਾਂ 15 ਲੱਖ ਕਹਿੰਦੇ ਸੀ ਬੈਂਕਾਂ 'ਚ ਆਏਗਾ ਬੈਂਕਾਂ 'ਚ ਤੁਹਾਡੇ ਅਕਾਊਂਟਾਂ 'ਚ ਆਏਗਾ ਉਹ ਨਹੀਂ ਆਇਆ ਫਿਰ ਉਹ ਅਮਿਤ ਸ਼ਾਹ ਨੂੰ ਪੁੱਛਿਆ ਕਹਿੰਦਾ ਉਹ ਜੁਮਲਾ ਸੀ ਇਲੈਕਸ਼ਨ ਦਾ ਮਤਲਬ ਕਿ ਸਾ ਅਸੀਂ ਕਹਿੰਦੇ ਆ ਬਾਰ ਬਾਰੇ ਗੱਲ ਲੈਣੇ ਲੱਗ ਕੇ ਕਢਾਇਆ ਵੀ ਲੋਕਾਂ ਨੇ ਉਹ ਡੀਮੋਨੀਸਟ੍ਰੇਸ਼ਨ ਹੋਈ ਸੀਗੀ ਨੋਟਬੰਦੀ ਦੇ ਵਿੱਚ ਲਾਈਨਾਂ 'ਚ ਖੜਾ ਕਰਤਾ ਅਸੀਂ ਚਾਹਵਾਂ ਵੰਡਦੇ ਰਹੇ ਪਾਣੀ ਵੰਡਦੇ ਰਹੇ ਫਿਰ ਉਸ ਤੋਂ ਬਾਅਦ ਇਹਨਾਂ ਨੇ GST ਲਾਗੂ ਕਰਤਾ ਫਿਰ ਵਪਾਰੀ ਕਹਿੰਦੇ ਵਪਾਰੀ ਨੂੰ ਸਮਝ ਆਇਆ ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਸਮਝ ਆਉਂਦੀਆਂ ਆਮ ਲੋਕਾਂ ਨੂੰ ਨਹੀਂ ਸਮਝ ਆਉਂਦੀਆਂ ਇਹ ਪਤਾ ਨਹੀਂ ਚਾਂਦ ਤੋਂ ਉੱਤੋਂ ਆਏ ਆ ਇਹ ਥੱਲੋਂ ਉਤਰਦੇ ਹੀ ਨਹੀਂ ਗਏ ਜਿਹੜੇ ਦੂਜੇ ਬੰਦੇ ਨੂੰ ਪਤਾ ਨਹੀਂ ਕਿਹੜੀ ਭਾਸ਼ਾ 'ਚ ਗੱਲ ਕਰਦੇ ਦੇਖੋ ਮੈਂ ਬਾਰ ਬਾਰ ਗੁਰਦੀਪ ਜੀ ਇਹ ਗੱਲ ਕਹਿਣਾ ਚਾਹੁੰਦਾ ਅੱਜ ਮੋਦੀ ਸਾਹਿਬ ਤੋਂ ਬੜੀ ਉਮੀਦ ਸੀ ਲੋਕਾਂ ਨੂੰ ਮੈਂ ਮੈਨੂੰ ਵੀ ਉਮੀਦ ਸੀਗੀ ਲੱਕੀ ਕਈ ਵਾਰ ਕਹਿੰਦੇ ਨਾ ਤੁਸੀਂ ਅਸੀਂ ਕਿ ਨਾਲ ਰਹਿੰਦੇ ਸੀ ਬੁਲਾਉਂਦੇ ਮੈਂ ਤਾਂ ਆਪ ਕਹਿੰਦਾ ਮੈਨੂੰ ਬੜੀ ਉਮੀਦ ਸੀ ਮੈਂ ਤਾਂ ਮੁੱਕਰਦਾ ਹੀ ਨਹੀਂ ਗੱਲ ਨੂੰ ਅਸੀਂ 70 ਸਾਲ ਤੋਂ ਠੱਗੀ ਦਾ ਸ਼ਿਕਾਰ ਹੋ ਰਹੇ ਸੀ 70 ਸਾਲ ਤੋਂ ਸਾਡਾ ਦੇਸ਼ ਬਰਬਾਦੀ ਦੇ ਕਗਾਰ 'ਤੇ ਸੀ ਸਾਨੂੰ ਲੱਗਿਆ ਵੀ ਸ਼ਾਇਦ ਮੋਦੀ ਸਾਹਿਬ ਆਉਣਗੇ ਕੋਈ ਇਹੋ ਜਿਹਾ ਕੰਮ ਕਰਨਗੇ ਜਿਹ 'ਚ ਅਸੀਂ ਵੀ ਕਹਾਂਗੇ ਲੋਕਾਂ ਨੂੰ ਜਾ ਕੇ ਕਹਿ ਸਕਾਂਗੇ ਦੇਖਿਆ ਠੋਕ ਜਾ ਕੇ ਕਹਾਂਗੇ ਛਾਤੀ ਹੁਣ ਅਸੀਂ ਕਿਹੜੀ ਚੀਜ਼ ਨਾਲ ਛਾਤੀ ਠੋਕੀਏ ਅਸੀਂ ਤਾਂ ਸਗੋਂ ਉਲਟਾ ਬੇਇੱਜ਼ਤੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਉਸ ਪ੍ਰਧਾਨ ਮੰਤਰੀ ਨੂੰ ਚੁਣ ਲਿਆ ਜਿਸ ਨੂੰ ਆਪਣੇ ਦੇਸ਼ ਦੀ ਚਿੰਤਾ ਨਹੀਂ ਹੈ ਜਿਵੇਂ ਤੁਸੀਂ 70 ਸਾਲ ਦੀ ਗੱਲ ਕੀ ਆ ਬਹੁਤ ਸਾਰੇ ਲੋਕ ਦੇਖ ਰਹੇ ਹੋਣਗੇ ਨਾ ਇਸ ਵੀਡੀਓ ਜਿਹੜੇ 70 ਸਾਲ ਦੀ ਗੱਲ ਕਰਦੇ ਕਹਿੰਦੇ ਜੀ ਇਹਨਾਂ 'ਚ ਥੋੜ੍ਹਾ ਬੀਜੇਪੀ ਝਲਕਣ ਲੱਗ ਜਾਂਦੀ ਥੋੜ੍ਹੀ 70 ਸਾਲ ਦੀ ਫਿਰ ਗੱਲ ਕਰ ਲਈ ਹੈ 70 ਸਾਲ
पार्टियां ठीक है तुहाडे किसे पार्टी जे तुहाडे किसे नाल विचार सकदे मेरे मैं अकाली दल दा बंदा मेरे अकाली दल च विचार जुड़े हुए आ पर इहदा मतलब ये नहीं तुसी पार्टीबाजी दे विच रह के ते तुसी अपनी गल करो ते दूजे नूं मारी जाओ सच नूं सच ना कहो ते झूठ नूं झूठ ना कहो ते इंसान कहदा इंसान नहीं मर रहा अज जिहड़े लोग कहिंदे ना इंसान मर गया इंसान ही इंसानियत मर रही है तुसी दुखी हो गए अज सारे अज मैं कल्ला नहीं बोल रहा गुरदीप जी तुसी फेसबुक ते इंटरनेट ते इंस्टाग्राम ते जिते ट्विटर ते चेक कर लो सारे लोग गाला कढ़ रहे चाहे मोदी साहब होण ते चाहे साडे कैप्टन साहब होण चाहुंदा नहीं हुण हुण नहीं चाहुंदा ना हिंदुस्तान चाहुंदा ना पंजाब चाहुंदा इहो जी सरकार क्योंकि लोग सारे परेशान हो चुके आ इन्नी महंगाई मैं सिर्फ एक एक सवाल का जवाब दे दो आ डीजल पेट्रोल है ये कंट्रोल किहदे कोल है की रिलायंस वाले कोल कंट्रोल नहीं की अडानी वाले कोल कंट्रोल नहीं तो फिर जे कंट्रोल ही इन्हां दे हाथ च तुसीं देता फिर रोज़ रेट वध रहे फिर एक चीज एक पासे आप कह रहे हैं भी लोगों का भला करो महामारी है तुसीं सेवा करो लोगों को सेवा लई प्रेरित कर रहे हैं तो एक पासे तुसीं रेट वधांदे पए इन्हां दे परचे दर्ज क्यों नहीं हुंदे इन्हां दे परचे दर्ज नहीं होने बनते जे रेट क्यों वधा रहे आ जां तां दस देण भी करूड का जिहड़ा करूड का रेट बहुत वध गया होवे फिर तो मन्निया जाए भी करूड का रेट बहुत इंटरनेशनल ते वध गया जी इन्हां कोल चारा कोई नहीं रहा सरकार का की मतलब हुंदा सरकार का मतलब हुंदा कंट्रोल कंट्रोल हुंदा सरकार कंट्रोल करती है कंट्रोल का मतलब हुंदा उन्हूं ते तरीके नाल देख के लोगों के रेट देना जिहदे नाल लोग ठीक रह सकन वापस होने रोज भाई जी पेट्रोल पवाया पेट्रोल के रेट फिर ऐतकी फिर वधे ने पवाया किदां लग्गिया फिर महंगा पेट्रोल 93 रुपीज़ हो गया जी ते दुध दा ते पानी दा ते पेट्रोल दा पता ही नहीं चलता की होएगा अगे सरकार की करेगी की नहीं करेगी जिधर लोड पैंदी उधर सरकार पूरा नहीं करके देंदी जिधर लोड नहीं है उधर रेट चक्की जाती अगर बाई चांस 25 पैसे 10 पैसे घाटा पै जाए तो कहें इतने करोड़ रुपए का घाटा पड़ गया जी क्या होगा केंद्र सरकार तो कहती असं अच्छे दिन लेके आने यह तो सर तुम्हें मालूम है सानू मालूम है सारी पब्लिक ने मालूम है कि केड़े सरकार केड़े अच्छे दिन लेके आ रही है हाँ हम देखो जिधर एजुकेशन देख लो या बिजनेसमैन देख लो सारा जो बिजनेस व्यापार बिजनेस वाला बंदा है वो सारा दबिया जा रहा जी वो किधर से पैसा कट रहा उन्हों का घाटा किधर पै रहा उस उपर कोई सरकार नहीं देखती टैक्स बधाई जाती है सारी चीज़ों के उपर होर दसो जी की दसिए बधना ठीक है लाजमी है चलो कोई गल नहीं अपना देश अगे बधा आप सर तो सारा घाटा क्या उन्होंने इधर ही पूरा करना सरकार ने यह भी तो देखो ना तुम सारा घाटा सरकार इधर की पूरा कर रही है जो इधर जरूरत है कि उस जगह तो पूरा नहीं करके देती लोगों तो राशन कार्ड तो क्यों बना के दते हो जो उन्होंने राशन ही नहीं मिलता फिर गल बिल्कुल सही है जी कई लोगों को राशन कार्ड के मामले बहुत धन्यवाद थोड़ा गोशा जी जिवें कहते हैं भी राशन कार्ड भी बने से ना राशन कार्ड बने लोगों ने हम राशन भी दिता जाऊगा कहा गया हूँ जिवें दिल्ली सरकार ने किया वा कहते पंजाब सरकार भी हूँ राशन भी देगी ऑटो वाले ऑटो जो टैक्सी चालक ने उन्होंने भी 5,000 रुपये दिता जाऊगा ये हम उपराले किए जा रहे हैं हूँ कोविड के जो लॉकडाउन लग रहे मिनी लॉकडाउन 2019 कोविड आया 22 मार्च 2020 दे विच लॉकडाउन इत्थे पंजाब च लगा दिता गया या भारत च लगा दिता गया अज 14 महीने होने लगे आ या 15 महीने होने लगे 15 महीने दे विच कुछ दिता है कुछ नहीं दिता हुण वोटां दे संबंध च बड़ा कुछ कह सकते हैं बड़ा कुछ झूठ बोल सकते कैप्टन साहब ने पहला भी सोवां खादियां सी बड़ा कुछ झूठ बोलिया सी लोगों नूं बड़ी प्रॉब्लम दित्ती सी पर देखो मैं नहीं समझदा कि हुण लोगों नूं इह विगरा लैणगे लोग हुण बहुत सियाणे हो चुके आ लोगों नूं पता लग चुका देखो ना एक मैं फोटो दिखाना चाहना एक बड़ी ट्रोल चल रहा वो कह रहे हैं बाहरों स्पीच हो रही है स्पीक कर रहे हैं कि अंदर रोस्टे होम तो वो अपनी मदर नूं कह रहा है कि भुखे हैं भी कुछ दियो इदा दे ट्रोल क्यों हो रहे हैं क्योंकि सच ये सच्चाइयां है ये कोई ये नहीं है कि भी अपने कोलों गल बन जाती है लोगों दियां ये हर लोग परेशान है एक आ ट्रोल मैं देख लो आ नचोड़ दो लोगों ये की कर रहे भी नचोड़िया जा रहा जिद भी जिन्हें को पैसे लोगों के जेबा च है ना कढ दियो भी कुछ छड़ियो ना वो पल्ले ना कुछ छड़ियो कि कितने कोई रह ना जाए कि ना कारू का कारू तुम्हें याद होना गुरदीप जी कारू की बड़ी मशहूरी हुई है कि कहते उन्हें मुर्दे भी उखाड़ ले सिक्के कढ़ने वास्ते पता लग गया से भी सोने का सिक्का पहला मुँह च दबदे होंगे उन्हें सारे मुर्दे उखाड़ ले तो वह भी अपने नाल एक सूई नहीं लैके जा सकया सीगा एक सूई तो ये लोग अज पता नहीं किहड़े मुँह के नाल पैसे कट्ठे कर रहे मैनू मैं एक किसी ने हुण मैं नाम नहीं लेना चाहना किसी बड़े वड्डे अधिकारी नाल गल की कहिंदा भरावा पिछों ऑर्डर बड़े आ आ चलान कट्टे जा रहे ना माड़ी जी गल हुंदी फटाफट चलान माड़ी गल 1,000 2,000 2,000 का चलान गुरदीप जी ये दसो 2,000 का चलान कट के या 1,000 का चलान कट के या किसी दुकानदार का 10-20 हज़ार का चलान कट के की करोना खत्म हो जाता है मौके तो कई को होंगे भी नहीं उही कहना मौके तो होंगे नहीं फिर वह आर सी रख लेंगे या कुछ कर लेंगे फिर वो मतलब कि वो करोना ठीक हो जाता है अवेयरनैस है आ साडा देश है आ साडा देश दे सिस्टम है सानू सिस्टम सुधारना पैना असी सिस्टम दे नाल लड़ रहे हैं असी सिस्टम ठीक करना है ये सिस्टम दे विच कल्ला गोशा कर लो कल्ला गुरदीप जी कर ले या सतवंत जी कर ले नहीं होना सारे नू करना पैना
समुचे दुनिया को करना पैना जे समुची दुनिया ये काम करूगी ना। देखो मैं बार बार कहना बच्चे जो गल करते ना मेरे अपने बच्चे कहते हैं भी पापा फलाने देश आ हो रहा फलाने जगह पर आ रहा फलाने तुहाडे इत्थे क्यों नहीं, उदों फिर कसूर किहदा है, कसूर तो साडा है ना। तो सानू सारे अवेयरनैस लैनी पैनी, अज सारे प्रशासन को अवेयरनैस लानी चाहिए आ, खड़ जाण एक मास्क लैके खड़ जाण, सारे दे मुँह ते मास्क क्यों नहीं लाते, फॉरमैलिटियां क्यों करते हैं, चलान कट्टण वेले तुसीं ठीक हो जाते हो फिर कहते फिर करोना, अच्छा जो उन्होंने कागज से हाथ फड़ाते हो चलान हाथ फड़ाते हो उसकी आर सी लेंदे हो तो करोना इधर उधर नहीं जाता, फिर की है फिर असं इन्हू ड्रामा ना किए तो होर की है, ये ड्रामा लग रहा लोग परेशान है। अखीरला क्वेश्चन है जी, हुण तुहानू की लगता फिर अच्छे दिन कदों तक आ जाएंगे, अच्छे दिन जिहड़े आ लोक कहिंदे अच्छे दिन तो हले आए नहीं है, कदों तक आ सकते नहीं। देखो मैं उन्होंने कहा अच्छे दिन आएंगे, बिल्कुल अच्छे दिन आ गए, प्रधानमंत्री जी के अच्छे दिन आ गए, अमित शाह जी के अच्छे दिन आ गए, अमित शाह जी का बेटे गए जय शाह जी जो BCCI के चेयरमैन उन्होंने अच्छे दिन आ गए, इन्होंने मंत्रिमंडल के अच्छे दिन आ गए, साढ़े इतने के MP जे रमनीत सिंह बिट्टू उन्होंने अच्छे बड़े दिन चल रहे हैं, साढ़े इतने मंत्री साहब है आशु जी उन्होंने दिन अच्छे चल रहे हैं, साढ़े MLA साहब इतने के जड़े कांग्रेस के उन्होंने अच्छे दिन चल रहे हैं, कैप्टन अमरिंदर सिंह सब ना वधिया कैप्टन अमरिंदर सिंह अच्छे दिन आ रहे, क्यों फार्म हाउस बैठे पहले ही नहीं किसी को मिलते थे, हूँ अगले बहाना मिल गया करोना का, आराम फार्म हाउस बैठे चिल हिमाचल दी पहाड़ियों के बैठे है, वो कहते मैनू की बाड़ में जाए जनता मेरा की जाता, मैं तो अपना ऐश कर रहा मैं कोई फर्क नहीं, मैं फिर पता कहते कहते तुम मूर्ख हो, मैं एक पिक्चर से भी देखा सी वो कहते जनता मूर्ख होंगी है तो जनता मूर्ख बनाई जा रहे हैं तो असं बनी जाने हूँ, सानू ही सुधरना पैना, इन्होंने कोई नहीं सुधरना। बहुत धन्यवाद जी। सो तेल दी कीमतां लगातार वध रहीआं जिसन देखदे हो लोग जिहड़े आ परेशान बहुत ने, हर एक दे नाल गलबात भी की, आम पब्लिक नाल भी गलबात की आ, की कहिंदे ने लोग कहिंदे ने कि सरकार नूं चाहिए कि रेट जिहड़े आ तेल दे रेट घटा दिते जाण तां कि जिहड़े आ आम लोगों को राहत मिल सके। सो देरी अपडेट्स जुड़े लुधियाना टाइम्स नाल, कैमरामैन संत मथाड़ू दे नाल गुरदीप सिंह लम्मे लुधियाना।